ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਨਾਮ ਕੀ ਆਪਣਾ? ਮੇਰਾ ਨਾਮ ਹਰਮਿੰਦਰ ਸਿੰਘ ਹੈ। ਪਿੰਡ ਮੇਰਾ ਕੱਟਾਂ ਹੈ। ਕਿਹੜੀ ਕੰਟਰੀ ਤੋਂ ਆਇਆ ਸੀ? ਮੈਂ ਕੁਵੈਤ ਤੋਂ ਆਇਆ ਸੀਗਾ ਜੀ। ਮੈਨੂੰ ਉੱਥੇ ਕਾਫੀ ਪ੍ਰੋਬਲਮ ਸੀਗੀ ਸਰ ਅੱਜ ਤੱਕ ਦੀ। ਕਿੰਨੇ ਮਹੀਨਿਆਂ ਤੋਂ? ਮੈਨੂੰ ਘੱਟ ਤੋਂ ਘੱਟ 10 ਮਹੀਨੇ ਤੋਂ ਪ੍ਰੋਬਲਮ ਸੀਗੀ। ਤੋ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ। ਫਿਰ ਮੈਂ ਛੁੱਟੀ ਆਇਆ ਸੀ ਉੱਥੇ, ਤਾਂ ਮੈਨੂੰ ਇੱਥੋਂ ਕਿਸੇ ਕੋਲੋਂ ਪਤਾ ਲੱਗਾ ਕਿ ਮੇਰੀ ਵਾਈਫ ਦੀ ਫਰੈਂਡ ਸੀਗੀ, ਉਹਨਾਂ ਨੇ ਇੱਥੋਂ ਇਲਾਜ ਕਰਾਇਆ ਪਹਿਲਾਂ। ਤਾਂ ਉਹਨਾਂ ਨੇ ਮੈਨੂੰ ਦੱਸਿਆ ਤੁਸੀਂ ਉੱਥੇ ਜਾਓ ਮਹਾਰਾਜਾ ਹੋਸਪਿਟਲ ਬ੍ਰਾਹਮ, ਤਾਂ ਉੱਥੋਂ ਬਹੁਤ ਠੀਕ ਹੋ ਗਏ ਗਾਏ ਪਹਿਲਾਂ, ਤੁਸੀਂ ਉੱਥੇ ਚੈੱਕ ਕਰਾਓ। ਤਾਂ ਮੈਂ ਹੁਣ ਬਿਲਕੁਲ ਸਹੀ ਹਾਂ। ਮੈਂ ਤੋਂ ਇੱਕ ਹਫ਼ਤਾ ਕਈ ਖਾਧੀ ਹੈ ਦਵਾਈ ਤੁਹਾਡੇ। ਅਸੀਂ ਜਿਹੜਾ ਟ੍ਰੀਟਮੈਂਟ ਕੀਤਾ ਆ, ਹਾਂਜੀ, ਜਿੱਦਣ ਮੇਰੇ ਕੋਲ ਆਏ ਸੀ ਉਹ ਕੀ ਪ੍ਰੋਬਲਮ? ਸਰਵਾਈਕਲ ਪ੍ਰੋਬਲਮ ਦੱਸੋ, ਕੀ ਪ੍ਰੋਬਲਮ ਸੀ ਤੁਹਾਨੂੰ? ਮੈਨੂੰ ਬਹੁਤ ਜ਼ਿਆਦਾ ਦਰਦ ਹੁੰਦੀ ਸੀਗੀ। ਕਿੱਥੇ ਹੁੰਦੀ ਸੀ ਦਰਦ? ਇਹ ਮੇਰੇ ਪੂਰਾ ਦਰਦ ਸਿਰ ਦੇ ਪਿੱਛੇ ਤੋਂ ਪੂਰੀ ਕਮਰ ਪੂਰੀ ਦਰਦ ਸੀਗੀ। ਆਕੜ ਵੀ ਪੈ ਜਾਂਦੀ? ਆਕੜ ਪੈ ਜਾਂਦੀ ਸੀਗੀ। ਸੁੱਤਾ ਉੱਠਦਾ ਦਾ ਚੱਕਰ ਆਉਂਦੇ ਸੀ ਮੈਨੂੰ ਬਹੁਤ ਜ਼ਿਆਦਾ, ਤਾਂ ਤੁਰਿਆ ਨਹੀਂ ਜਾਂਦਾ ਸੀ ਮੇਰੇ ਕੋਲ। ਪਰੇਸ਼ਾਨ ਸੀ? ਪਰੇਸ਼ਾਨ ਸੀ ਬਹੁਤ। ਕਾਫੀ ਮਹੀਨਿਆਂ ਤੋਂ ਨਾ? ਬਹੁਤ ਜ਼ਿਆਦਾ ਜੀ, ਕਮ ਸੇ ਕਮ ਸਾਲ ਹੀ ਲਾ ਲਓ ਤੁਸੀਂ। ਇੰਨਾ ਟਾਈਮ ਮੇਰੇ ਬਹੁਤ ਜ਼ਿਆਦਾ ਪਰੇਸ਼ਾਨ। ਮਤਲਬ ਲਾਲ ਵੀ ਕਰਾਇਆ, ਫਰਕ ਨਹੀਂ ਪਿਆ? ਨਹੀਂ ਫਰਕ ਪਿਆ ਜੀ, ਇੱਥੋਂ ਆ ਕੇ ਮੈਨੂੰ ਫਰਕ ਪੈ ਗਿਆ। 4-5 ਦਿਨ ਦੇ ਵਿੱਚ ਫਰਕ ਪੈ ਗਿਆ। ਅੱਜ ਕਿੰਨਵਾਂ ਦਿਨ ਤੁਹਾਡਾ? ਅੱਜ ਮੈਨੂੰ 5ਵਾਂ ਦਿਨ। 5ਵਾਂ ਦਿਨ ਆ? ਤੁਸੀਂ ਬਿਲਕੁਲ ਠੀਕ ਹੋ ਗਏ ਆ? ਹਾਂਜੀ, ਹੁਣ ਬਿਲਕੁਲ। ਤੁਹਾਡੇ ਇੰਨੇ ਮਹੀਨਿਆਂ ਦੀ ਸਰਵਾਈਕਲ ਪ੍ਰੋਬਲਮ ਸੀ, ਹਾਂਜੀ, ਜਦ ਤੁਸੀਂ ਇਲਾਜ ਕਰਾਇਆ ਕੋਈ ਫਰਕ ਨਹੀਂ ਪਿਆ ਤੁਹਾਨੂੰ? ਨਹੀਂ ਜੀ, ਕੋਈ ਫਰਕ ਨਹੀਂ, ਕਿਤੇ ਵੀ ਨਹੀਂ। ਕੋਈ ਉਹ ਪੇਨ ਕਲਰ ਖਾ ਉਹ ਦੇ ਦਿੰਦੇ ਸੀਗੇ ਉੱਥੇ ਕੁਵੈਤ ਦੇ ਵਿੱਚ, ਉਹ ਪੇਨ ਕਲਰ ਖਾ ਲੈਣੀ, ਟਿਊਬ ਲਾ ਲੈਣੀ ਬਸ, ਉਹਦੇ ਨਾਲ ਉਹ ਨਹੀਂ ਕੋਈ ਫਰਕ ਨਹੀਂ। ਜਿਹੜਾ ਤੁਸੀਂ ਇੱਥੋਂ ਇਲਾਜ ਕਰਾਇਆ ਬਹਿਰਾਮ ਤੋਂ, ਤੁਹਾਨੂੰ ਕਿੱਦਾਂ ਲੱਗਾ ਇਲਾਜ? ਮੈਂ ਬਹੁਤ ਵਧੀਆ ਲੱਗਾ ਜੀ, ਵਧੀਆ ਸਟਾਫ ਨੇ ਕੇਅਰ ਵੀ ਕੀਤੀ ਹੈ। ਮਤਲਬ ਇਹ ਜਿਹੜੀ ਵੀਡੀਓ ਪਾਈ ਆ ਇਹ ਸੱਚ ਪਾਈ ਹੈ? ਕੁੱਤੇ ਪਾਤੀ ਬਣਾ ਕੇ? ਬਹੁਤ ਸੱਚ ਹੈ ਜੀ, ਸਹੀ 100% ਸੱਚ ਹੈ ਨਾ? 100% ਸੱਚ। ਜਿਹੜਾ ਸਰਵਾਈਕਲ ਦਾ ਕੰਮ ਹੋਇਆ ਉਹ, ਹਾਂਜੀ, ਜਿਹੜੀ ਸਰਵਾਈਕਲ ਦੀ ਪ੍ਰੋਬਲਮ ਸੀ ਉਹ ਠੀਕ ਹੋ ਗਈ ਤੁਹਾਡੀ? ਹਾਂਜੀ, ਬਿਲਕੁਲ ਸਹੀ ਹੈ। ਤੁਸੀਂ ਹੁਣ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਉਹ ਤੋਂ ਖੁਸ਼ ਹੈ? ਪੂਰੇ ਹੈਪੀ ਹੈ? ਹੈਪੀ ਹੈ, ਮਤਲਬ ਕੋਈ ਪ੍ਰੋਬਲਮ, ਫਿੱਟ ਹੈ ਪੂਰੀ? ਕੋਈ ਪ੍ਰੋਬਲਮ ਨਹੀਂ ਜੀ। ਚਲੋ ਠੀਕ ਹੈ ਭਾਈ, ਸਤਿ ਸ਼੍ਰੀ ਅਕਾਲ। ਓਕੇ ਸਰ।